ਅਕਸ਼ਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਇੰਡੀਆ ਦੇ ਵਿੱਚ ਕਰੋਨਾ ਨਾਲੋਂ ਵੱਧ ਮੌਤਾਂ ਇਸ ਬਿਮਾਰੀ ਨਾਲ ਹੋ ਰਹੀਆਂ ਹਨ ਤਾਜ਼ਾ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਤੁਹਾਨੂੰ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਵੀ ਕਰੋਨਾ ਤੋਂ ਇਲਾਵਾ ਵੱਧ ਮੌਤਾਂ ਕਿਸ ਬਿਮਾਰੀ ਨਾਲ ਹੋ ਰਹੀਆਂ ਨੇ ਪਤਾ ਲੱਗ ਸਕੇ ਤੁਸੀਂ ਵੀ ਉਸ ਬਿਮਾਰੀ ਤੋਂ ਬਚ ਸਕੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੁਸੀਂ ਆਪੇ ਹੀ ਕਰ ਦੇਣਾ ਹੈ ਤੇ ਸ਼ੁਰੂਆਤ ਕਰਦੇ ਹਾਂ ਜੀ ਦੇਸ਼ ਚ ਕੋਰੋਨਾ ਵਾਇਰਸ ਹੀ ਸਿਰਫ ਅਜੇ ਹੀ ਬਿਮਾਰੀ ਨਹੀਂ ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲਈ ਆ ਸਕੋ ਹੋਰ ਕਈ ਬਿਮਾਰੀਆਂ ਵੀ ਪਹਿਲਾਂ ਤੋਂ ਹੀ ਮੌਜੂਦ ਹਨ ਜਿਸ ਦੇ ਕਾਰਨ ਲੱਖਾਂ ਲੋਕਾਂ ਦੀ ਜਾਨ ਗਈ ਆ ਹਰ ਸਾਲ ਲੱਖਾਂ ਲੋਕ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਤੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ ਇਨ੍ਹਾਂ ਬਿਮਾਰੀਆਂ ਚੋਂ ਸਭ ਤੋਂ ਉੱਪਰ ਨਾ ਆਉਂਦਾ ਟੀਬੀ ਦਾ ਦੁਨੀਆ ਦੇ ਵਿੱਚ ਹਰ ਸਾਲ ਸਭ ਤੋਂ ਵੱਧ ਮੌਤਾਂ ਜਿਹੜੀਆਂ ਟੀਬੀ ਨਾਲ ਹੁੰਦੀਆਂ ਹਨ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਦੇ ਅਨੁਸਾਰ ਹਰ ਸਾਲ ਦੁਨੀਆ 'ਚ ਰਿਪੋਰਟ ਆਉਣ ਵਾਲੇ ਟੀਬੀ ਦੇ ਕੁੱਲ ਮਾਮਲਿਆਂ ਚੋਂ 1 ਤਿਹਾਈ ਭਾਰਤ ਦੇ ਵਿੱਚ ਹੁੰਦੇ ਹਨ ਤੇ ਦੇਸ਼ 'ਚ ਇਸ ਬਿਮਾਰੀ ਦੇ ਨਾਲ 4,80,000 ਲੋਕਾਂ ਦੀ ਮੌਤ ਹੁੰਦੀ ਆ ਅੰਕੜਿਆਂ ਨੂੰ ਬ੍ਰੇਕ ਕਰਨ ਦੀ ਸਥਿਤੀ ਹੋਰ ਵੀ ਖਤਰਨਾਕ ਲੱਗਦੀ ਹੈ ਕਿਉਂਕਿ ਭਾਰਤ ਚੂ ਦੇਸ਼ ਦੇ ਵਿੱਚ ਟੀਬੀ ਕਾਰਨ ਰੋਜ਼ਾਨਾ 1300 ਮੌਤਾਂ ਹੁੰਦੀਆਂ ਹਨ ਜੀ ਭਾਰਤ ਸਰਕਾਰ ਦਾ ਅਲੰਕਣ ਹੈ ਕਿ ਦੇਸ਼ ਦੇ ਵਿੱਚ ਇਕੱਲੇ ਭਾਰਤ ਦੇ ਵਿੱਚ ਟੀਬੀ ਦੇ ਕਾਰਨ ਰੋਜ਼ਾਨਾ 1300 ਮੌਤਾਂ ਹੁੰਦੀਆਂ ਹਨ ਹਾਲਾਂਕਿ ਭਾਰਤ ਪਿਛਲੇ 50 ਸਾਲਾਂ ਤੋਂ ਟੀਬੀ ਦੀ ਰੋਕਥਾਮ ਵਿੱਚ ਲੱਗਾ ਹੋਇਆ ਹੈ ਪਰ ਇਸ ਨੂੰ ਸਾਈਲੈਟ ਟਿੱਕਰ ਨਾਂ ਤੱਕ ਹੀ ਜਾਣਿਆ ਜਾਂਦਾ ਹੈ ਇਹ ਕਰੋਨਾ ਵਾਇਰਸ ਦੇ ਦਸਤਕ ਦੇਣ ਤੋਂ ਪਹਿਲਾਂ ਦਾ ਹੈ ਤੇ ਜਨਵਰੀ ਦੇ ਅਖੀਰਲੇ ਹਫਤੇ ਤੋਂ ਭਾਰਤ ਨੂੰ ਕਰੋਨਾ ਦੇ ਵਧਰੇ ਮਾਮਲੇ ਸ਼ੁਰੂ ਹੋਏ ਸਨ ਤੇ 24 ਮਾਰਚ ਨੂੰ ਦੇਸ਼ ਦੇ ਵਿਆਪੀ ਤਿਆਲਾਬੰਦੀ ਦਾ ਐਲਾਨ ਹੋਇਆ ਸੀ ਸਰਕਾਰੀ ਅੰਕੜਿਆਂ ਦੀ ਤੁਲਨਾ ਕਰਕੇ ਪਤਾ ਲੱਗਦਾ ਹੈ ਕਿ ਕਰੋਨਾ ਵਾਇਰਸ ਕਾਰਨ ਟੀਵੀ ਦੇ ਮਨੀਜਾਂ ਦੀ ਰਿਪੋਰਟਿੰਗ ਜਾਂ ਨੋਟੀਫਿਕੇਸ਼ਨ ਦੇ ਮਾਮਲੇ ਨਿੱਜੀ ਅਤੇ ਸਰਕਾਰੀ ਦੋਵੇਂ ਹਸਪਤਾਲ ਸ਼ਾਮਲ ਹਨ ਅਚਾਨਕ ਗਰਾਵਿਟ ਦਰਜ ਕੀਤੀ ਗਈ ਹੈ ਮਾਮਲੇ ਲਗਭਗ ਅੱਧ ਤੇ ਆ ਗਏ ਹਨ ਸੋ ਦੋਸਤੋ ਤੁਸੀਂ ਆਪ ਹੀ ਸਾਬ ਲਾ ਸਕਦੇ ਹੋ ਜੀ ਭਾਰਤ ਸਰਕਾਰ ਦਾ ਅਕਾਲਨ ਹੈ ਕਿ ਦੇਸ਼ ਦੇ ਵਿੱਚ ਟੀਬੀ ਕਰਕੇ ਰੋਜ਼ਾਨਾ 1300 ਮੌਤਾਂ ਹੁੰਦੀਆਂ ਹਨ ਸੋ ਕਾਫੀ ਖਤਰਨਾਕ ਇਹੇ ਬਿਮਾਰੀ ਆ ਜੀ ਕਰੋਨਾ ਵਾਇਰਸ ਤੋਂ ਵੀ ਤੇ ਵੱਧ ਮੌਤਾਂ ਹੋ ਰਹੀਆਂ ਨੇ ਕਰੋਨਾ ਵਾਇਰਸ ਤੋਂ ਇਸ ਬਿਮਾਰੀ ਦੇ ਕਾਰਨ ਤਾਂ ਕਰਕੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ